ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਠੱਠੀਆਂ ਖੁਰਦ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਜਿੱਦਾਂ ਕਿ ਦੋਸਤੋ ਪਹਿਲਾਂ ਵੀ ਸਾਰੇ ਵੀਰ ਜਾਣਦੇ ਆ, ਆਪਾਂ ਇਸ ਪਿੰਡੋਂ ਵੀਡੀਓ ਪਾਈ ਦੀਆਂ ਨੇ ਵੀਰ ਰਵੀ ਦੇ ਘਰੋਂ, ਅਤੇ ਓਨਰ ਬਾਈ ਰਵੀ ਆ। ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਪਸ਼ੂ ਦੋਸਤੋ, ਅੱਜ ਇਸ ਕਵਰੇਜ ਵਿੱਚ ਟੋਟਲ 4 ਵਿਖਾਉਣੇ ਆ ਤੁਹਾਨੂੰ, 3 ਮੱਝਾਂ ਦਿਖਾਵਾਂਗੇ। ਝੋਟੀਆਂ ਨੇ ਬਹੁਤ ਚੰਗੀਆਂ, ਖੂਬਸੂਰਤ ਝੋਟੀਆਂ ਨੇ, ਨਵੀਆਂ ਨੇ, ਬਾਕੀ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ। ਅਤੇ ਸਭ ਤੋਂ ਵੱਡੀ ਗੱਲ ਇਹ ਆ ਦੋਸਤੋ, ਮਗਰ ਵੀ ਬੱਚੇ ਜਿਹੜੇ ਆ ਫੀਮੇਲ ਕਾਲਰੀ ਮਗਰ ਵੀ ਕੱਟੀਆਂ ਨੇ, ਇੱਕ ਵੈੜ ਤੁਹਾਨੂੰ ਦਿਖਾਵਾਂਗੇ, ਉਹ ਵੀ ਸੂਈ ਸਵਾਈ ਆ। ਬਾਕੀ 4 ਪਸ਼ੂਆਂ ਦੀ ਡਿਟੇਲ ਆਪਾਂ ਵੀਰ ਰਵੀ ਤੋਂ ਲੈ ਲਾਂਗੇ। ਅਤੇ ਬਾਕੀ ਸਮਾਂ ਅੱਜ ਮੋਰਨਿੰਗ ਦਾ ਦੋਸਤੋ, ਕੋਈ 9 ਵਜੇ ਦਾ ਸਮਾਂ ਹੈ ਮੋਰਨਿੰਗ, ਸੁਬਾਹ ਇਹ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ। 23 ਤਰੀਕ ਆ ਦੋਸਤੋ, 23 ਫਰਵਰੀ ਆ। ਅਤੇ ਬਾਕੀ ਐਨੀਮਲ ਜਿੰਨੇ ਵੀ ਦਿਖਾਵਾਂਗੇ, ਜਿਹੜਾ ਐਨੀਮਲ ਵੀ ਪਸੰਦ ਆਊਗਾ, ਤੁਸੀਂ ਨਰਕ ਪਰ ਖਾ ਤਸੱਲੀ ਆ, ਉਹ ਘਰ ਆਣ ਕੇ ਕਰ ਲਿਓ, ਕਿਉਂਕਿ ਪਸ਼ੂ ਸਾਰੇ ਸੂਏ ਸਵਾਏ ਆ। ਅਤੇ ਜ਼ਿਆਦਾਤਰ ਗਿਣਤੀ ਅੱਜ ਇਹਨਾਂ ਮੱਝਾਂ ਝੋਟੀਆਂ ਦੀ ਰਹਿਣ ਵਾਲੀ ਆ, ਠੀਕ ਆ ਜੀ। ਪਸ਼ੂ ਚੰਗੇ ਹੁਣ ਬੋਲੇ 'ਤੇ ਚੱਲ ਰਹੇ ਆ, ਦੁੱਧ 'ਤੇ ਚੱਲ ਰਹੇ ਆ। ਪੂਰੀ ਡਿਟੇਲ ਆਪਾਂ ਵੀਰ ਰਵੀ ਤੋਂ ਲੈ ਲੈਂਦੇ ਹਾਂ। ਸੋ ਆਓ ਕਰਦੇ ਹਾਂ ਗੱਲਬਾਤ ਵਧੇਰੇ ਵੀਰ ਰਵੀ ਦੇ ਨਾਲ। ਸਭ ਤੋਂ ਪਹਿਲਾਂ ਵੀਰ ਰਵੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਵੀਰੇ? ਹਾਂਜੀ ਵਧੀਆ ਭਾਈ। ਰਿਕਾਰਡ ਇੱਕ ਤਾਂ ਪਿਛਲਾ ਦੱਸ ਦਈਏ ਤੇ ਹੁਣ ਵੀ ਦੱਸ ਦਈਏ, ਪਹਿਲੇ ਸੂਏ ਦਾ 20 ਕਿਲੋ 22 ਕਿਲੋ ਦਾ ਰਿਕਾਰਡ ਰਿਹਾ ਇਹਦਾ ਪਹਿਲਣ ਦਾ। ਹਾਂਜੀ ਹਾਂਜੀ, ਹੁਣ ਦੂਜਾ ਸੂਆ ਸੂਈ? ਹਾਂਜੀ, ਇਹ ਕਦੇ 25 ਕਿਲੋ ਦੀ ਉਮੀਦ ਕਰਦੇ ਨੇ, ਠੀਕ ਹੈ ਜੀ, 20 ਤੇ ਦਊਗੀ, ਠੀਕ ਹੈ ਜੀ। ਹਾਂਜੀ ਹਾਂਜੀ, ਲਵ ਦੋਸਤੋ, ਪਹਿਲੇ ਸੂਏ 20 ਮਿਲਕਿੰਗ ਰਹੀ ਹੈ ਜੀ 20 ਲੀਟਰ, ਤੇ ਹੁਣ ਦੂਜਾ ਸੂਆ ਸੂਈ ਆ। ਤੇ ਇਹ ਸੂਈ ਨੂੰ ਅੱਜ ਕਿੰਨਾ ਸਮਾਂ ਹੋ ਗਿਆ? ਇਹ ਭਾਈ ਰਾਤ ਹੀ ਸੂਈ ਹੈ, ਕੋਈ 5 ਵਜੇ ਦੇ ਕਰੀਬ। 5 ਵਜੇ? ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੇ ਜੇਰ ਜੂਰ ਪਾਤੀ? ਹਾਂਜੀ ਪ੍ਰੋਪਰ ਭਾਜੀ, ਪ੍ਰੋਪਰ ਜੇਰ, ਠੀਕ ਹੈ। ਹਾਂਜੀ ਹਾਂਜੀ, ਲਓ ਦੋਸਤੋ, ਕੱਲ੍ਹ ਹੀ ਸੂਈ ਹੈ, ਠੀਕ ਹੈ ਜੀ। ਸ਼ਾਮੀ ਕੋਈ ਵੀਰ ਗਿਣ ਲਏ ਵੀ 5 ਵਜੇ ਦੀ ਸੂਈ ਆ, ਅਤੇ ਨਾੜੂ ਬਿਲਕੁਲ ਬੱਚੇ ਦੇ ਨਾਲ ਹੋਊਗਾ, ਜਿਹਦੇ ਜਿਹਦੇ ਬੱਚੇ ਦੇ ਨਾਲ ਨਾੜੂ ਹੋਇਆ ਅਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ। ਬਾਕੀ ਕੱਦ ਕਾਠ ਵੀ ਜ਼ਰੂਰ ਆਪਾਂ ਜ਼ਿਕਰ ਕਰ ਦਿੰਦੇ ਹਾਂ ਵੀ ਫੁੱਲ ਵੱਡੀ ਹਾਈਟ ਕਾਦਾ ਲੈ ਬੱਚੇ, ਠੀਕ ਆ ਜੀ। ਅਤੇ ਵੱਡੀ ਝੋਟੀ ਆ, ਠੀਕ ਆ। ਬਾਕੀ ਹੈ ਵੀ ਬਿਲਕੁਲ ਜੈੱਡ ਬਲੈਕ, ਜਿੱਦਾਂ ਆਪਾਂ ਨੋਰਮਲ ਇੱਕ ਮੁਰਾ ਦੀ ਗੱਲ ਕਰਦੇ ਹਾਂ, ਮੁਰਾ ਮੱਝਾਂ ਝੋਟੀਆਂ ਦੀ, ਉਸ ਕੈਟਾਗਰੀ ਦੇ ਵਿੱਚ ਇਹ ਝੋਟੀ ਤੁਸੀਂ ਮੰਨ ਸਕਦੇ ਜੇ। ਫੇਸ ਫੂਸ ਕੁਆਲਿਟੀ ਬਹੁਤ ਸੋਹਣੀ, ਆਹ ਲਓ ਜੀ। ਸੋ ਬਿਲਕੁਲ ਰਾਜੀ ਆ, ਅਤੇ ਫੁੱਲ ਬੜਾ ਫੁੱਲ ਵਜਨਦਾਰ, ਬਟਰ ਕੁਆਲਿਟੀ ਚੰਗੀ ਆ। ਸਤਿ ਸ਼੍ਰੀ ਅਕਾਲ ਵੀਰੇ। ਸੋ ਜਿੱਦਾਂ ਕਿ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਦੋਸਤੋ, ਵੀ ਪਹਿਲੇ ਸੂਬੇ 20 ਕੁ ਲੀਟਰ ਦੀ ਮਿਲਕਿੰਗ ਇਹਨੇ ਭਰੀ ਆ ਕਰਮਾਲੀ ਨੇ, ਇਸ ਵਾਰ ਵੀ ਚੰਗੀ ਉਮੀਦ ਕਰ ਸਕਦੇ ਹਾਂ। ਥਣ ਲੇਵੇ ਦੀ ਸਾਫ਼ ਸੁਥਰੀ, ਆਹ ਲਓ ਜੀ। ਠੀਕ ਹੈ ਜੀ। ਅਤੇ ਮਗਰ ਬੱਚਾ ਜਿਹੜਾ ਕੱਟੀ, ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਦੇ ਹਾਂ, ਫੀਮੇਲ ਕਾਫ ਨੂੰ ਜਨਮ ਦਿੱਤਾ, ਅਤੇ ਕੱਟੀ ਵੀ ਚੰਗੀ ਸੋਹਣੀ ਆ, ਚੰਗੇ ਟੀਕੇ ਦੀ ਲੱਗਦੀ ਆ, ਬੇਲ ਬੋਲ ਦੀ ਬੜੀ ਸੋਹਣੀ ਆ ਕੱਟੀ। ਅਤੇ ਰਵੀ, ਕੀ ਡਿਮਾਂਡ ਕੀ ਕਰਦੇ ਆ ਵੀਰ, ਕੀ ਮੁੱਲ ਰਹੂਗਾ ਇਹਦਾ? ਭਾਜੀ ਮੁੱਲ ਦਾ 2 ਲੱਖ ਰੁਪਈਆ। 2 ਲੱਖ? ਹਾਂਜੀ, ਉਹ 'ਚ ਮਾਨਤਾ ਨਹੀਂ ਹੋਣਾ ਜੀ, ਠੀਕ ਹੈ ਜੀ। ਹਾਂਜੀ, ਮਾਨਤਾ ਥੋੜ੍ਹਾ ਵੱਧ ਜਾ ਕਿ ਵੀ 1000 ਨਹੀਂ ਭਾਜੀ, ਠੀਕ ਆ। ਅਤੇ ਜੋ ਭੈਣ ਭਰਾ ਕੋਈ ਸੱਜਣ ਕਰੇ ਸੰਪਰਕ ਤੇ ਕਰਦੇ ਹੋ, ਖੁੱਲਾ ਡੁੱਲਾ ਜਿੰਨਾ ਖੁੱਲਾ ਡੁੱਲਾ ਭਾਜੀ ਕਰਾਂਗੇ। ਬਾਕੀ ਚੋਣ ਚਾਣ ਕੋਈ ਇੱਕ ਦੇ ਡੰਗ ਦੀ ਚੁਆਈ ਹੋਈ ਚੁੱਕੀ ਆ ਕੱਲ? ਹਾਂਜੀ ਭਾਈ, ਰਾਤੀ ਵੀ ਹੋਈ ਆ, ਹੁਣ ਵੀ ਹੋਈ ਆ, ਮਾਰਨਿੰਗ ਵੀ ਕਰਤੀ। ਹਾਂਜੀ ਹਾਂਜੀ, ਬੋਲੇ ਤੇ? ਹਾਂਜੀ ਭਾਜੀ, ਤੇ ਚੰਗੀ ਨਿਕਲੀ ਚੁਆਈ, ਸਾਫ਼ ਚੋਣ ਚਾਣ ਜੀ, ਬਹੁਤ ਪੋਲੀ ਆ, ਬਿਲਕੁਲ ਬਹੁਤ ਜਿਆਦਾ, ਠੀਕ ਆ ਜੀ। ਲਓ ਦੋਸਤੋ, ਚੋਣ ਪੋਲੀ ਆ, ਚਵਾਈ ਵੀਰਾਂ ਦਾ ਵੀ ਪੋਲੀ ਆ, ਰੂਮ ਵਰਗੀ ਚਵਾਈ ਆ ਕਹਿਣ ਤੋਂ ਭਾਵ, ਆਰਡਰ ਕੁਆਲਿਟੀ ਸੋਹਣੀ ਹੈ, ਹਵਾਨਾ ਲੇਵਾ ਬਿਲਕੁਲ, ਜਿੰਨਾ ਕੁ ਗਾਹ ਉਨਾ ਕੁ ਪਛਾਣ, ਠੀਕ ਆ।
ਤੇ ਬਿਲਕੁਲ ਚੌਰਸ ਲੇਵਾ, ਮੁੱਢ ਤੋਂ ਵੇਖੀ ਚੌਰਸ ਲੇਵਾ ਭਾਈ, ਗਾਂ ਵਾਲਾ ਲੇਵਾ ਲੱਗਾ ਇਹਨੂੰ। ਹਾਂ, ਐਚ ਐਫ ਬੈੜਾ ਦਾ ਆਪਾਂ ਨੋਰਮਲ ਇੱਕ ਲੇਵਾ ਵੇਖਦੇ ਹਾਂ ਐਚ ਐਫ ਬੈੜਾ ਦੇ, ਠੀਕ ਹੈ। ਥਣ ਵੀ ਪੂਰੇ ਨਖੇੜ 'ਚ ਲੱਗਾ ਵੀ ਸੋਹਣਾ ਨਖੇੜ ਆਪਸੀ ਥਣਾਂ ਦਾ। ਅਤੇ ਜਿੰਨੀ ਮੈਂ ਦੋਸਤੋ ਸਾਰੀ ਪੂਰੀ ਆ ਕਰਮ ਵਾਲੀ, ਕਿਸੇ ਪਾਸਿਓ ਨਹੀਂ ਖੁੰਜੀਗੀ, ਉਲਟ ਬਹਿਣੀ ਵਾਲੇ ਪਾਸਿਓਂ ਤੁਸੀਂ ਆ ਥਣ ਵੇਖ ਸਕਦੇ ਜੀ ਇੱਕ ਵਾਰੀ ਫਿਰ। ਹੈਲੋ, ਠੀਕ ਆ। ਸੋ ਫੇਸ ਕੁਆਲਿਟੀ ਚੰਗੀ ਆ, ਬਾਕੀ ਮਾਨ ਤਾਂ ਤੁਹਾਨੂੰ ਦੱਸ ਹੀ ਦਿੱਤਾ, ਦੱਸੇਗਾ ਰੇਟ ਖੁੱਲ੍ਹਾ ਡੁੱਲਾ ਕਰਾਂਗੇ ਭਾਅ ਜੀ। ਹਾਂ, ਅੱਛਾ ਰਵੀ, ਅੱਗੇ ਆ ਗਈ ਸੈਕਿੰਡ ਨੰਬਰ 'ਤੇ ਵੀਰ ਆਪਣੇ ਕੋਲ ਆਹ ਜਿਹੜੀ ਝੋਟੀ। ਹਾਂਜੀ ਭਾਅ ਜੀ, ਇਹ ਵੀ ਦੂਜਾ ਸੂਆ ਸੂਈ ਭਾਅ ਜੀ, ਦੂਜਾ ਹੀ ਸੂਈ ਹੈ। ਇਹਨੂੰ ਸਮਾਂ 'ਚ ਕਿੰਨਾ ਹੋ ਗਿਆ ਭਾਅ ਜੀ? ਇਹਨੂੰ 3 ਕੁ ਦਿਨ ਹੋ ਗਏ ਸੂਈ ਨੂੰ। 3 ਕੁ ਦਿਨਾਂ ਦੀ ਸੂਈ? ਹਾਂਜੀ ਹਾਂਜੀ। ਤਾਂ ਦੋਸਤੋ 3 ਦਿਨਾਂ ਦੀ ਸੂਈ ਆ ਸੂਆ, ਇਹ ਵੀ ਝੋਟੀ ਦੂਜਾ ਹੀ ਆ, ਬਾਕੀ ਮਗਰ ਇਹਦੇ ਵੀ ਕੱਟੀ ਆ, ਠੀਕ ਆ ਜੀ। ਫੀਮੇਲ ਕਾਫ ਆ, ਨਾੜੂ ਬਿਲਕੁਲ ਬੱਚਿਆਂ ਦੇ ਨਾਲ ਆ, ਕੋਈ ਦੋ ਦੋ ਤਿੰਨਾਂ ਤਿੰਨਾਂ ਦਿਨਾਂ ਦੇ ਸੂਏ ਹੈਗੇ ਆ, ਉਹ ਨਾੜੂ ਵੀ ਬੱਚਿਆਂ ਦੇ ਨਾਲ ਬਿਲਕੁਲ ਜਿਹੜੇ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ। ਰਵੀ, ਹੁਣ ਬੋਲੇ ਦੇ ਉੱਤੇ ਹੀ ਚੱਲਣ ਡਈ ਆ। ਹਾਂਜੀ ਭਾਅ ਜੀ, 13-14 ਕਿਲੋ ਬੋਲੀ 'ਤੇ ਚੱਲਣ ਦੀ, 13-14 ਕਿਲੋ। ਹਾਂਜੀ ਹਾਂਜੀ ਵੀ, ਐਂ ਜਿਹੜੀ ਹਾਜ਼ਰ ਨਾ ਜ਼ਰਾ। ਹਾਂਜੀ ਹਾਂਜੀ ਬਿਲਕੁਲ ਕੰਪਲੀਟ ਜਿਹੜੀ ਹੁਣ ਹੈਗੀ ਆ 13 ਕਿਲੋ। ਬਿਲਕੁਲ ਭਾਅ ਜੀ ਬਿਲਕੁਲ, ਠੀਕ ਚਾਹੇ ਕੋਈ ਧਾਰ ਬਣਾ ਮਾਰੇ, ਠੀਕ ਹੈ ਵੀਰ। ਹਾਂਜੀ ਹਾਂਜੀ ਤਾਂ ਦੋਸਤੋ, ਬਾਕੀ ਕੱਦ ਘੱਟ ਸੋਹਣੇ ਆ ਝੋਟੀਆਂ 'ਤੇ, ਅਤੇ ਬਾਕੀ ਜਿੱਦਾਂ ਕਿ ਸਾਰੇ ਵੀਰ ਕਾਫੀ ਭਾਲ ਦੇ ਵਿੱਚ ਨੇ, ਕਿਉਂਕਿ ਵਹਿੜਾਂ ਦਾ ਸੀਜ਼ਨ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਿਹਾ, ਅਤੇ ਮੱਝਾਂ ਝੋਟੀਆਂ ਕਿਤੇ ਨਾ ਕਿਤੇ ਬਹੁਤ ਘੱਟ ਵੇਖਣ ਦੇ ਵਿੱਚ ਮਿਲਦੀਆਂ ਪਈਆਂ ਨੇ। ਫਿਲਹਾਲ 3 ਜਿਹੜੀਆਂ ਅੱਜ ਝੋਟੀਆਂ ਵੀਰ ਉਹਨਾਂ ਦੇ ਕੋਲ ਵਿਕਾਊ ਆ, ਠੱਠੀਆਂ ਪਿੰਡ ਇੱਕ ਵਾਰੀ ਫਿਰ ਆਪਾਂ ਨੋਟ ਕਰਾ ਦਿੰਦੇ ਹਾਂ, ਨੇੜੇ ਹਰੀਕੇ ਪੱਤਨ, ਠੀਕ ਹੈ ਜੀ। ਆਰਡਰ ਕੁਆਲਿਟੀ ਵੇਖੋ, ਲੇਵਾ ਹਵਾਨਾ ਬਿਲਕੁਲ ਪੱਧਰ ਇੱਕ ਸਾਰ, ਥਣ ਬਿਲਕੁਲ ਮੁੱਠੀ ਵਾਲੇ, ਵਿਰਲਾਂ ਵਿੱਥਾਂ ਚੰਗੀਆਂ ਨੇ ਚੌਂ ਥਣਾਂ ਦੀਆਂ ਆਪਸੀ, ਅਤੇ ਕੱਦ ਘੱਟ ਵੀ ਸੋਹਣੇ ਆ, ਠੀਕ ਹੈ ਜੀ। ਚੰਗੀਆਂ ਜੰਮੀਆਂ ਪਲੀਆਂ ਨੇ ਕਰਮਾਂ ਵਾਲੀਆਂ, ਅਤੇ ਲੰਬਾਈ ਵੀ ਸੋਹਣੀ ਇਸ ਝੋਟੀ ਦੀ, ਕੱਦ ਘੱਟ ਵੀ ਕਾਫੀ ਸੋਹਣਾ। ਆ ਲਓ, ਲਓ ਜੀ, ਸੋ ਕਾਫੀ ਘੱਟ ਜਿਹੜੇ ਪਸ਼ੂ ਦੋਸਤੋ ਇਹੋ ਜਿਹੀਆਂ ਸਫਾਈਆਂ ਲੈ ਕੇ ਆ ਰਹੇ ਨੇ ਸਾਹਮਣੇ, ਬਹੁਤ ਘੱਟ ਸਫਾਈਆਂ ਮਿਲਦੀਆਂ ਨੇ। ਪਸ਼ੂ ਤਾਂ ਆਪਾਂ ਬਹੁਤ ਵੇਖਦੇ ਹਾਂ, ਪਰ ਥਣਾਂ ਥੁਣਾਂ ਦੀਆਂ, ਕਰਮਾਂ ਵਾਲੀਆਂ, ਹਾਈਟ ਕੱਦ ਦੀਆਂ, ਸਾਰੇ ਪਾਸੋਂ ਫੁੱਲ ਬੜਾ ਫੁੱਲ ਸਫਾਈਆਂ ਨੇ, ਠੀਕ ਆ। ਇੱਕ ਵਾਰੀ ਹੋਰ ਤੁਹਾਨੂੰ ਥੋੜ੍ਹਾ ਨੇੜੇ ਤੋਂ ਆਪਾਂ ਦਿਖਾ ਦਈਏ। ਆ ਲਓ ਜੀ, ਇੱਕ ਬਹਿਣੀ ਵਾਲੇ ਪਾਸਿਓਂ ਜਿਹੜੇ ਪਸ਼ੂ ਨੂੰ ਨੋਰਮਲੀ ਆਪਾਂ ਚਬਾਈ ਕਰਦੇ ਹਾਂ। ਆ ਲਓ, ਠੀਕ ਆ ਜੀ। ਅਤੇ ਬਾਕੀ ਹੁਣ ਜਿਹੜੀ ਬੋਲੇ ਦੀ ਦੋਸਤੋ, ਇਹਦੇ ਥੱਲੇ ਹੁਣ ਕਪੈਸਿਟੀ ਆ ਬਹੁਤ ਚੰਗੀ, ਖਾਸ ਆ, ਸਪੈਸ਼ਲ ਆ। 13 ਕਿਲੋ ਹੁਣ ਬੋਲੇ 'ਤੇ ਚੱਲ ਰਹੀ ਆ ਕਰਮਾਂ ਵਾਲੀ, ਦੁੱਧ ਚੰਗਾ ਭਰਨ ਦੀ ਆਸ ਆ। ਰਵੀ, ਕਿੰਨੀ ਕੁ ਉਮੀਦ ਕਰਦੇ ਹਾਂ ਦੁੱਧ ਦੀ? ਭਾਅ ਜੀ, ਇਹ ਤੋਂ 18-20 ਦੀ ਤਾਂ ਕਰਦੇ ਹਾਂ, ਘੱਟ ਤੋਂ ਘੱਟ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ ਹਾਂਜੀ, ਬਾਕੀ ਰਵੇ ਦੇ ਲਾਣੇ ਘਰਾਣੇ ਚੋਂ? ਹਾਂਜੀ 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 ਭਾਅ ਜੀ, ਬਹੁਤ ਜ਼ਿਆਦਾ ਚੰਗੇ ਘਰੋਂ ਲਈ ਆਪਾਂ, ਠੀਕ ਹੈ। ਹਾਂਜੀ, ਹਰਿਆਣੇ ਦੀਆਂ ਕੋਈ ਇੱਧਰ ਦੀਆਂ ਨਹੀਂ, ਕੀ ਤੁਰਦੀਆਂ ਫਿਰਦੀਆਂ ਆ, ਕਿਉਂਕਿ ਇੱਕ ਕ੍ਰੋਸ ਜੀ ਹੁੰਦੀ ਨਾ ਬ੍ਰੀਡ, ਕ੍ਰੋਸ ਦੇ ਵਿੱਚ ਵੀ ਕੋਈ 11-12 ਲੀਟਰ, 10 ਲੀਟਰ? ਨਹੀਂ ਭਾਅ ਜੀ, ਉਹਨਾਂ ਨੇ ਕਿਹਾ 17-18 ਕਿਲੋ ਆਪਾਂ ਚੋਇਆ ਹੋਇਆ, ਠੀਕ ਹੈ। ਹਾਂਜੀ ਹਾਂਜੀ, ਇੱਕੇ ਘਰੋਂ 3 ਝੋਟੀਆਂ ਆਪਾਂ ਲਈਆਂ, ਠੀਕ ਹੈ ਜੀ। ਹਾਂਜੀ ਹਾਂਜੀ, ਲਓ ਦੋਸਤੋ, ਹੈ ਪ੍ਰੋਪਰ ਚੰਗੀਆਂ ਚੀਜ਼ਾਂ ਨੇ, ਕਿਉਂਕਿ ਲੇਵੇ ਹਵਾਨੇ ਆਰਡਰ ਹੀ ਦੱਸਦੇ ਪਏ ਨੇ ਮੱਝਾਂ ਝੋਟੀਆਂ ਦੇ ਵੀ ਖਾਸ ਸਪੈਸ਼ਲ ਨੇ, ਅਤੇ ਬਾਕੀ ਦੁੱਧ ਭਰਨਾ ਚਾਹੀਦਾ ਇਹਨਾਂ ਨਾਲ, ਜੇਕਰ ਹੁਣ 11-12-13-13 ਲੀਟਰ 'ਤੇ ਚੱਲ ਰਹੀਆਂ ਨੇ ਬੋਲੇ 'ਤੇ। ਅਤੇ ਉਮੀਦ ਕਰਦੇ ਹਾਂ ਵੀ ਚੰਗੀ ਸੇਵਾ 'ਤੇ ਜਿਹੜਾ ਕੋਈ ਵੀਰ ਖਰੀਦਦਾਰ ਲੈ ਜਾਊਗਾ, ਚੰਗੀ ਸੇਵਾ 'ਤੇ ਦੋਸਤੋ ਉਠਾਊ, 17-18 ਲੀਟਰ ਤੋਂ ਪਲੱਸ ਚੱਲਣ ਵਾਲੀਆਂ ਨੇ, ਠੀਕ ਆ। ਹਾਂਜੀ, ਅਤੇ ਮੁੱਲ ਕੀ ਰਹੂਗਾ ਰਵੀ ਭਾਅ ਜੀ, ਤਾਂ ਕੀ ਕਰਾਂਗੇ ਡਿਮਾਂਡ? ਭਾਅ ਜੀ, ਇਹਦਾ ਮੁੱਲ ਭਾਵੇਂ 80 ਕਰੀਏ, 75 ਦੀ ਦੇਵਾਂਗੇ। 75 ਦੀ? ਹਾਂਜੀ, ਠੀਕ, 1 75 ਦੀ? ਹਾਂਜੀ ਹਾਂਜੀ, ਵੇਖਿਆ ਜੇ ਮੈਂ ਕਿਹਾ ਕਿਤੇ, ਨਹੀਂ ਨਹੀਂ 80 ਕਿਹਾ ਭਾਅ ਜੀ। ਲਓ ਜੀ, 1 75 ਦੋਸਤੋ ਡਿਮਾਂਡ ਆ, ਵਿੱਚੋਂ ਮਾਨ ਤਾਨ ਹੋਊਗਾ, ਠੀਕ ਆ ਜੀ। ਕੋਈ ਖਰੀਦਦਾਰ ਵੀ ਆਉਂਦਾ ਘਰੇ, ਤੇ ਮਾਨ ਤਾਨ ਹਰ ਵਾਰ ਝੋਟੀਆਂ 3-20 ਕਿਲੋ ਤੋਂ ਬਾਹਰ ਵਾਲੀਆਂ ਹੀ, ਠੀਕ ਆ ਜੀ, ਚੰਗੀਆਂ ਸੇਵਾ ਕਰੇ ਤੇ, ਠੀਕ ਆ ਜੀ। ਹਾਂਜੀ ਠੀਕ ਆ, ਠੀਕ ਆ। ਸੋ 1 75 ਤੋਂ, 1 75 ਦੇ ਵਿੱਚੋਂ ਦੋਸਤੋ ਛੋਟ ਛੱਪਾ, ਹਾਂਜੀ, ਫੇਸ ਤੁਸੀਂ ਵੇਖ ਸਕਦੇ ਜੀ, ਠੀਕ ਆ, ਮੂੰਹ ਮੱਥੇ ਦੀ ਵੇਖ ਸਕਦੇ ਜੀ,
ਠੀਕ ਆ ਰਵੀ, ਅੱਗੇ ਆ ਜਾਈਏ ਵੀਰ, ਤੀਜੇ ਨੰਬਰ ਤੇ ਆ ਜਿਹੜੀ ਆਪਣੇ ਕੋਲ ਝੋਟੀ ਆ, ਹਾਂਜੀ ਭਾਜੀ, ਇਹ ਤਾਂ ਸੂਆ ਦੱਸ ਦਈਏ ਭਾਜੀ, ਇਹਦਾ ਵੀ ਦੂਜਾ ਹੀ ਸੂਆ ਸੂਈ ਹੈ, ਦੂਜੇ ਸੂਏ ਤਿੰਨੇ, ਹਾਂਜੀ ਭਾਜੀ ਤਿੰਨੇ ਹੀ ਦੂਜੇ ਦੂਜੇ ਸੂਏ, ਠੀਕ ਆ, ਇਹਦਾ ਸਮਾਂ ਕਿੰਨਾ ਹੋ ਗਿਆ ਵੈਸੇ ਸੂਈ ਭਾਜੀ? ਇਹਨੂੰ 5 ਕੁ ਦਿਨ ਹੋ ਗਏ ਸੂਈ ਨੂੰ, 5 ਕੁ ਦਿਨ, ਹਾਂਜੀ ਹਾਂਜੀ, ਠੀਕ ਆ, ਮਗਰ ਇਹਦੇ ਵੀ ਕੱਟੀ ਆ, ਕੱਟੀ ਭਾਜੀ ਇਹਦੇ ਮਗਰ, ਲਓ ਜੀ ਤਿੰਨੇ ਝੋਟੀਆਂ ਸੀ ਦੋਸਤੋ, ਤਿੰਨਾਂ ਮਗਰ ਹੀ ਕੱਟੀਆਂ ਨੇ, ਹਾਂਜੀ, ਤੇ ਇਹ ਤੀਜਾ ਦਿਨ ਦੱਸਿਆ ਨਾ, ਹਾਂਜੀ ਤੀਜਾ ਦਿਨ ਭਾਜੀ, ਤੇ ਹੁਣੇ ਤੇ ਇਸ ਲਈ ਬੋਲੇ ਦਾ ਸਮਾਚਾਰ ਕੀ ਹੈ ਭਾਜੀ? ਇਹ 15 ਤੋਂ ਬਾਹਰ ਹੀ ਹੋਣਾ ਟਾਈਮ ਦੇ ਦੇਣਾ, 15 ਤੋਂ, ਹਾਂਜੀ ਹਾਂਜੀ, ਠੀਕ ਹੈ ਜੀ। ਜਿਹੜਾ ਹੁਣ ਮੌਕੇ ਤੇ ਕੋਈ ਦੋ, ਮਤਲਬ ਰਵੀ ਇਹ ਗੱਲ ਵੀ ਸਿੱਧੀ ਜੀ, ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ, ਹਾਂਜੀ ਹਾਂਜੀ, ਉਹਨੇ ਮਤਲਬ ਇੱਕ ਟਾਈਮ ਵੀ ਚੋਣੀ, ਦੋ ਟਾਈਮ ਵੀ ਚੋਣੀ, ਹਾਂਜੀ ਹਾਂਜੀ ਹਾਂਜੀ, ਤੇ ਫਿਰ ਦੋ ਟਾਈਮ ਜਿਹੜਾ ਹੁਣ ਇਸ ਵਕਤ ਜਿਹੜਾ ਤਿਆਰ ਆ, ਨੈਟ ਤਿਆਰ ਆ ਰਿਹਾ ਥੱਲੇ, ਇਹਦੇ ਚੋਈਆਂ ਕਰਕੇ ਮਾਲਾ ਚੋਈਆਂ ਲਾ ਲਓ ਤਾਂ ਵੀ ਆਪਦੀ ਦੱਖ ਦੇਣ ਦੀਆਂ ਵਾ, ਠੀਕ ਹੈ ਜੀ, ਮਤਲਬ ਜੇ ਚੋਈਆਂ ਨਾ ਤੁਹਾਨੂੰ ਆਪਾਂ ਲੱਗ ਜਾਣਾ। ਲਓ ਦੋਸਤੋ, ਚੋਈਆਂ ਨੇ, ਮਾਰਨਿੰਗ ਚਵਾਈ ਹੋ ਚੁੱਕੀ ਆ, ਅੱਜ ਆਪਾਂ ਵੀਡੀਓ ਜਿਹੜੀ ਬਣਾ ਰਹੇ ਹਾਂ ਕੋਈ 9 ਤੋਂ 9:30 ਵਜੇ ਦਾ ਜਿਹੜਾ ਹੁਣ ਸਮਾਂ ਹੋ ਚੁੱਕਿਆ, ਤੇ ਮਾਰਨਿੰਗ ਜਿਹੜੀ ਚਵਾਈ ਹੋਈ ਆ, ਬਾਕੀ ਭਾਂਡੇ ਨੋਰਮਲੀ ਤੁਹਾਨੂੰ ਦਿਖਾਈ ਦੇਣਗੇ, ਖਾਲੀ ਹੋਏ ਭਾਂਡੇ ਆ, ਜੇਕਰ ਭਰੇ ਹੁੰਦੇ ਤੇ ਆਰਡਰ ਪਤਾ ਲੱਗ ਜਾਂਦਾ। 15 ਕਿਲੋ ਵਾਲੀ ਮੈਂ ਤਾਂ ਦੋਸਤੋ ਕਿਹੋ ਜਿਹਾ ਹਵਾਨਾ ਲੇਵਾ, ਬਾਕੀ ਢਿੱਲ ਢੁੱਲ ਵੀ ਦੱਸ ਰਹੀ ਹੈ ਪੂਰੀ, ਕਿਉਂਕਿ ਮਾਰਨਿੰਗ ਚਵਾਈ ਹੋ ਚੁੱਕੀ ਹੈ ਇਹਨਾਂ ਦੀ, ਗਰੰਟੀ ਦੇ ਘੱਲਾਂਗੇ ਆਪਾਂ, ਠੀਕ ਹੈ, ਬੇਸ਼ੱਕ ਵੈਸੇ ਆਪਣੀ ਚੋ ਕੇ ਖੜਨੇ ਤਸੱਲੀ ਵਧੀਆ ਹੋ ਜਾਂਦੀ ਆ, ਹਾਂਜੀ ਹਾਂਜੀ, ਠੀਕ ਆ ਬਾਕੀ ਰਵੀ, ਚਵਾਈ ਚਵਾਈ ਐਨ ਤਿੰਨਾ ਮਚ ਭਾਈ, ਬਿਲਕੁਲ ਓਕੇ ਜੀ, ਓਕੇ ਐ, ਠੀਕ ਹੈ ਜੀ, ਨੀਂਦ ਲਿਆ ਦਣੀ ਆ ਚਵਾਈ ਕਰਦਿਆਂ ਕਰਦਿਆਂ, ਬਾਕੀ ਵੀ, ਹਾਂਜੀ, ਬਾਕੀ ਦੁੱਧ ਹੁਣ ਜਿੰਨੇ ਜਿੰਨੇ ਤੁਸੀਂ ਦੱਸ ਰਹੇ ਜੇ ਭਾਜੀ, ਨੈਟ ਮੋੜੋ ਬਾਹਰ ਹੀ ਆਉਂਡੀਆਂ ਨੇ, ਹਾਂਜੀ ਹਾਂਜੀ, ਹੁਣ ਵੀ ਚੰਗਾ ਖਾਸ ਆ, ਹਾਂਜੀ ਹਾਂਜੀ, ਉਹ ਤਾਂ ਭਾਈ ਬਿਲਕੁਲ ਬੋਲੇ ਦੇ ਵਿੱਚ, ਚਲੋ ਇਹ 5 ਦਿਨ ਲਾ ਲਓ ਦੁੱਧ ਬਣ ਲੱਗ ਪਿਆ ਹੋਊਗਾ ਇਹਦਾ, ਬਿਲਕੁਲ ਜੀ, ਬਿਲਕੁਲ, ਹਾਂਜੀ ਹਾਂਜੀ, ਲਓ ਦੋਸਤੋ, ਮੱਝਾਂ ਝੋਟੀਆਂ ਤੁਸੀਂ ਦੇਖ ਲਈਆਂ ਨੇ ਪੂਰੀਆਂ, ਚੰਗੀਆਂ ਖਾਸ ਸਪੈਸ਼ਲ ਨੇ, ਜਿਹੜੇ ਵੀਰ ਨੇ ਚੰਗਾ ਪਸ਼ੂ ਲੱਭ ਰਿਹਾ, ਕੋਈ ਚੰਗਾ ਪਸ਼ੂ ਤੁਹਾਨੂੰ ਖਰੀਦਣ ਦਾ ਚਾਹ ਪਾਣਾ, ਤੇ ਪੈਸੇ ਵੀ ਦੋਸਤੋ ਚੰਗੇ ਲੱਗਣੇ ਆ, ਕਿਉਂਕਿ ਅੱਗੇ ਝੋਟੀਆਂ ਤੁਹਾਡੇ ਸਾਹਮਣੇ, ਜਿੰਨਾ ਜਿੰਨਾ ਤੁਹਾਨੂੰ ਦੱਸਿਆ ਜਾ ਰਿਹਾ, ਬੋਲਾ ਚਾਹੇ ਦੁੱਧ ਇਹਨਾਂ ਚਵਾ ਕੇ ਇਸ ਘਰੋਂ ਦਿੱਤਾ ਜਾਊਗਾ, ਅੱਗੇ ਚੰਗੀ ਸੇਵਾ ਕੱਟੀ ਬੰਨੇ ਤੱਕ ਤੁਸੀਂ ਲੈ ਕੇ ਜਾਂਦੇ ਆ। ਇਹਦਾ ਮੁੱਲ ਰਵੀ ਕੀ ਕਰਦੇ ਫਿਰ ਭਾਈ? ਇਹਦਾ ਮੁੱਲ 1.65 ਦੀ ਦੇਵਾਂ, 1.60 ਦੀ, ਹਾਂਜੀ, ਠੀਕ ਆ ਜੀ, ਹਾਂਜੀ, ਲਓ ਦੋਸਤੋ 1.65 ਮੁੱਲ ਆ ਤੇ 1.60 ਦੀ ਦਿੱਤੀ ਜਾਣੀ ਇਹ ਝੋਟੀ, ਬਾਕੀ ਰਿਕਾਰਡ ਤੁਹਾਨੂੰ ਪੂਰਾ ਪਤਾ ਲੱਗ ਹੀ ਚੁੱਕਿਆ, ਠੀਕ ਆ ਜੀ, ਅੱਜ ਦੇ ਸਮੇਂ ਤੇ ਕੱਟੀਆਂ ਕੁੱਟੀਆਂ ਵੀ ਪੂਰੀਆਂ ਮਗਰ ਚੰਗੀਆਂ ਜੰਮੀਆਂ, ਹਾਂਜੀ ਹਾਂਜੀ ਭਾਜੀ, ਪੂਰੀਆਂ ਬਰੀਡ ਵਾਲੀਆਂ, ਕੋਈ ਐਵੇਂ ਨਹੀਂ ਗੀ, ਚੰਗੀਆਂ ਜੰਮੀਆਂ, ਗਾਂ ਵੀ ਤਿਆਰ ਹੋਣਗੀਆਂ ਚੰਗੀਆਂ ਝੋਟੀਆਂ ਜੇ ਕੋਈ ਸਾਂਭੂਗਾ, ਬਾਕੀ ਬੱਚੇ ਸਾਰਿਆਂ ਦੇ ਦੋਸਤੋ ਨਾਲ ਨਾੜੂ ਹੈਗੇ ਆ, ਕਿਤੇ ਵੀਰ ਕੋਈ ਇਹ ਨਾ ਕੇ, ਆ ਲਓ ਭਾਜੀ, ਕੱਟੀਆਂ ਵਾਲੇ ਲੱਭਦੇ ਹੁੰਦੇ ਘਰ ਵਾਲੇ ਬੰਦੇ, ਕੱਟੀਆਂ ਹੀ ਵਾਲੀਆਂ ਜੀ, ਲਓ ਜੀ ਨਾੜੂ, ਬਿਲਕੁਲ ਬੱਚਿਆਂ ਦੇ ਨਾਲ ਆ, ਤਿੰਨੇ ਕੱਟੀਆਂ ਨੇ ਇਹਨਾਂ ਤਿੰਨੇ ਝੋਟੀਆਂ ਦੇ, ਮਗਰ ਬੱਚੇ ਨਾੜੂ ਇਸੇ ਤਰ੍ਹਾਂ ਮਿਲਣਗੇ, ਠੀਕ ਆ, ਤੇ ਇਸ ਤੋਂ ਬਾਅਦ ਆਪਣੇ ਕੋਲ ਭਾਜੀ ਆਵੇ ਇੱਕ ਵੈੜ ਆਪਣੇ ਕੋਲ, ਅੱਛਾ ਜੀ, ਆਪਾਂ ਵਖਾਉਂਦੇ ਆ ਬਾਹਰ ਕੱਢ ਦੇ, ਕੋਈ ਗੱਲ ਨਹੀਂ, ਦਿਖਾ ਦਿੰਦੇ ਆ ਜੀ, ਬਾਕੀ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਵੀਰ ਰਵੀ ਹੋਣਾਂ ਦੇ ਕੋਲ, ਤੇ ਅੱਜ ਫਿਲਹਾਲ ਇਹ ਤਿੰਨ ਜਿਹੜੀਆਂ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ, ਤਿੰਨੇ ਝੋਟੀਆਂ ਨੇ ਪੂਰੇ ਸਟੈਂਡਰਡ ਦੀਆਂ, ਸੋਹਣੇ ਕੱਦ ਕਾਠ ਤੇ ਮਗਰ ਵੀ ਕੱਟੀਆਂ, ਠੀਕ ਆ ਜੀ, ਕੋਈ 15 ਕੋਈ 13 ਤੇ ਇੱਕ ਜਸਟ ਜਿਹੜੀ ਕੱਲ੍ਹ ਸੂਈ ਆ ਉਹ ਬੋਲੇ ਤੇ ਕੋਈ ਦੂਜੇ ਡੰਗ ਦੀ ਜਿਹੜੀ ਚਵਾਈ ਹੋ ਚੁੱਕੀ ਉਸ ਝੋਟੀ ਦੀ, ਇਸੇ ਤਰ੍ਹਾਂ ਜਿੰਨੀਆਂ ਚਵਾਈਆਂ ਤੁਹਾਨੂੰ ਦੱਸੀਆਂ ਗਈਆਂ ਨੇ ਇੰਨੇ ਲੀਟਰ ਦੀਆਂ ਚਵਾਈਆਂ ਤੁਸੀਂ ਕਰ ਸਕਦੇ ਜੇ ਆਪਦਾ ਸਾਈ ਬਿਆਨਾ ਕਰਕੇ, ਇੱਕ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਉਣੀ ਸੀਗੀ ਇਹਦਾ ਵੀ ਵੇਰਵਾ ਆਪਾਂ ਪਾਇਆ ਸੀ, ਇਹਦੀ ਡਿਟੇਲ ਆਪਾਂ ਲੈ ਲੈਂਦੇ ਕਰੋਸ ਅੰਗ ਦੇ ਵਿੱਚ, ਤੇ ਰਵੀ ਇਹ ਕਰੋਸ ਅੰਗ ਦੇ ਵਿੱਚ ਹੀ ਆ ਗਈ ਆਪਣੀ, ਹਾਂਜੀ ਭਾਜੀ, ਹਾਂਜੀ, ਸ਼ਾਹੀ ਵਾਲ, ਠੀਕ ਹੈ ਜੀ, ਬਾਕੀ ਡਿਜ਼ਾਈਨ ਡਿਜ਼ਾਈਨ ਚੰਗਾ ਭਾਜੀ, ਠੀਕ ਹੈ ਜੀ, 12 ਕਿਲੋ ਤੇ ਚੱਲਣ ਦੀ ਹੈ ਟਾਈਮ, ਹੁਣ ਦੁੱਧ ਹੀ ਹੈ ਨਾ 12 ਕਿਲੋ ਭਾਜੀ, ਦੁੱਧ ਹੀ, ਦੁੱਧ ਹੀ ਆ, ਤੇ ਸੂਈ ਨੂੰ ਕਿੰਨਾ 7 ਕੁ ਦਿਨ ਹੋ ਗਏ, 6-7 ਦਿਨ, ਹਫ਼ਤਾ, ਹਾਂਜੀ, ਮਗਰ ਬੱਚਾ, ਹਾਂਜੀ ਬੱਚਾ ਮਗਰ ਜੀ, ਲਓ ਜੀ, ਹਾਂਜੀ, ਇਹਦੇ ਮਗਰ ਦੋਸਤੋ ਬੱਚਾ ਸੂਆ, ਕੋਈ ਵੀਰ ਵੀ ਦੂਜਾ ਮੰਨ ਕੇ ਲੈ ਜੀ, 1 ਹਫ਼ਤੇ ਦੀ ਸੂਈ ਆ, ਪਹਿਲਾ ਸੂਆ 4 ਦੰਦ ਚੌਕੀ ਆ, ਹਾਂਜੀ ਹਾਂਜੀ, ਠੀਕ ਹੈ ਜੀ, 4 ਦੰਦ ਬੱਚੀ ਹੈ ਦੋਸਤੋ, ਪਹਿਲਾ ਸੂਆ ਸੂਈ ਆ, ਠੀਕ ਆ, ਕੱਦ ਕਾਠ ਵੱਡਾ, ਬਾਕੀ 1 ਹਫ਼ਤੇ ਦੀ ਸੂਈ ਹੈ, ਨਾੜੂ ਬਿਲਕੁਲ ਬੱਚੇ ਦੇ ਨਾਲ ਆ, ਮਗਰ ਬੱਚਾ ਮੇਲ ਕਾਫ ਤੇ 12 ਕਿਲੋ ਹੁਣ ਦੁੱਧ ਤੇ ਚੱਲ ਰਹੀ ਹੈ ਇਹ ਭਾਈ, ਸਿੱਧੀ ਸੁੱਧੀ ਨਹੀਂ ਹੋਈ ਬੱਚੀ, ਹਾਂ ਹਾਂਜੀ ਹਾਂਜੀ, ਮਈਆਂ ਲੈਣ ਚੱਲ ਗਏ, ਮਲੇ ਇਹਦੇ ਲਈ ਧਿਆਨ ਹੀ ਨਹੀਂ ਹੋਇਆ, ਆ ਤੈ ਤੂੰ ਲਾ ਜਾਂਦਾ ਪਸ਼ੂ ਕੋਈ ਹਫ਼ਤਾ 10 ਦਿਨ ਲੈ ਜਾਂਦਾ ਇੱਕ ਵਾਰੀ, ਸਾਂਭ ਸਭਈ ਆਪ ਜਿੰਨਾ ਚਿਰ ਨਾ ਕਰੀਏ ਤੁਹਾਨੂੰ ਪਤਾ ਫਿਰ, ਹਾਂ ਬਿਲਕੁਲ।
ਬਾਕੀ ਰਵੀ ਚੋਣ ਚਾਣਾ ਚੰਗੀ ਚੋਣ ਬਿਲਕੁਲ ਓਕੇ ਜੇ ਪਲ ਪੁਲ ਆ ਵੈਸੇ ਬਾਕੀ ਕੋਈ ਥਾਂ ਦੀ ਘਾਟ ਵਾਧ ਹੈ ਨਹੀਂ ਠੀਕ ਹੈ ਬਿਲਕੁਲ ਬਾਕੀ ਫੀਲ ਸਲਾਹਗਾ ਵੇਲੋ ਇਹ ਨਹੀਂ ਸ਼ਾਹੀ ਵਾਲ ਕੀ ਲੱਤਾਂ ਮਾਰੂਗੀ ਇਹੋ ਜਿਹੀ ਗੱਲ ਕੋਈ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਸੋ ਦੋਸਤੋ ਵੈਡ ਚੰਗੀ ਆ ਬਾਕੀ ਪਹਿਲਾ ਸੂਆ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਨੇੜੇ ਤੋਂ ਥਣ ਦਿਖਾ ਦਈਏ ਠੀਕ ਆ ਜੀ ਮਗਰ ਬੱਚਾ 12 ਕਿਲੋ ਜਿਹੜਾ ਹੁਣ ਦੁੱਧ ਬਿਲਕੁਲ ਹਾਜ਼ਰ ਹੈ ਇਸ ਵੈਡ ਦੇ ਥੱਲੇ ਆ ਲਓ ਠੀਕ ਆ ਤਾਂ ਮੁੱਲ ਕੀ ਰਹੂਗਾ ਇਹਦਾ ਬਾਈ ਰਵੀ ਭਾਅ ਜੀ ਇਹਦਾ ਮੁੱਲ 60,000 ਰੁਪਇਆ 60,000 ਹਾਂਜੀ ਠੀਕ ਹੈ ਜੀ ਤੇ ਲੈਣ ਦੇਣ ਕਰਾਂਗੇ ਮਾਨਤਾ ਨਹੀਂ ਹੋਣਾ ਕਿੰਨਾ ਦੁੱਧ ਚਵਾ ਦੂਗੀ ਭਾਅ ਜੀ ਚਵਾਊ 15-16 ਕਿਲੋ ਤਾਂ ਚਵਾਊਗੀ 15 ਤੋਂ ਪਲੱਸ ਹਾਂਜੀ 12-11-12 ਕਿਲੋ ਤਾਂ ਹੋਣੀ ਇਹਦੇ ਥੱਲੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਕੱਦ ਵੀ ਚੰਗਾ ਹਾਂਜੀ ਹਾਂਜੀ ਭਾਅ ਜੀ ਬਾਕੀ ਕੰਪਲੀਟ ਹਾਂਜੀ ਹਾਂਜੀ ਬਾਕੀ ਥੋੜ੍ਹੀ ਇਹ ਸੂਸ ਵਾਜ ਆਈ ਆ ਸਿੱਧੀ ਸੁੱਧੀ ਹੁਣ ਤਾਂ ਟਾਈਮ ਲੱਗੂ ਇਹਨੂੰ 2-4 ਦਿਨ ਹਾਂਜੀ ਹਾਂਜੀ ਬਾਕੀ ਵੰਡ ਵੁੰਡ ਨਹੀਂ ਭਲਦਾ ਕਰਕੇ ਭਾਅ ਜੀ ਇਹਦੇ ਪਾਇਆ ਇਹਨੂੰ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਨਾ ਇਹ ਭਾਲ ਹੈਗੀ ਇਹਦੇ ਬੱਚੀ ਦੇ ਠੀਕ ਹੈ ਜੀ ਲਓ ਦੋਸਤੋ 60,000 ਦੇ ਵਿੱਚੋਂ ਛੋਟ ਛਾਪਾ ਹੋ ਜਾਊਗਾ ਵੈਡ ਤੁਸੀਂ ਪ੍ਰੋਪਰ ਦੇਖ ਲਈ ਜਾ ਜਾਣਕਾਰੀ ਤੁਹਾਨੂੰ ਮਿਲ ਚੁੱਕੀ ਆ ਮੋਹ ਦੰਦੀ ਚੌਕੀ ਆ ਵਿਖਾ ਦਈਏ ਭਾਅ ਜੀ ਆ ਵਿਖਾ ਦਿਓ ਜੀ ਮੋਹ ਦੰਦੀ 4 ਆ ਠੀਕ ਆ ਬਾਕੀ ਇੱਕ ਵਾਰੀ ਤੁਹਾਨੂੰ ਸ਼ੋਰ ਕਰ ਦਿੰਦੇ ਆ ਤਾਂ ਜੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ ਆ ਲਓ ਆ ਪ੍ਰੋਪਰ ਚੌਕੀ ਆ ਆ ਲਓ ਜੀ ਤਾਂ ਨਾ ਸ਼ੇਕ ਦੇ ਕੱਢੇ ਆ ਨਾ ਹਾਂਜੀ ਹਾਂਜੀ ਭਾਅ ਜੀ ਨਿਕਲੇ ਨਹੀਂ ਬਾਹਰ ਹਨਾ ਹਾਂਜੀ ਲਓ ਜੀ ਚਲੋ ਠੀਕ ਆ ਜੀ ਲਓ ਦੋਸਤੋ ਇਹ 4 ਪਸ਼ੂ ਸੀ ਅੱਜ ਵੀਰ ਰਵੀ ਹੁਣਾਂ ਦੇ ਕੋਲ ਪਿੰਡ ਠੱਠੀਆਂ ਖੁਰਦ ਤੁਸੀਂ ਵਿਜ਼ਿਟ ਕਰ ਲਿਓ ਨੰਬਰ ਬਿਲਕੁਲ ਆਪਾਂ ਸਕਰੀਨ 'ਤੇ ਚੱਲਦੇ ਕਰ ਦਿਆਂਗੇ ਓਨਰ ਦੇ ਨੰਬਰਾਂ 'ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਅਤੇ ਚੰਗੇ ਪਸ਼ੂ ਨੇ ਸਾਫ਼ ਸੁਥਰੇ ਆ ਬਾਕੀ ਪੈਸੇ ਖਰਚ ਕਰਨੇ ਆ ਕੋਈ ਵੀਰ ਆਪਦੀ 2 ਡੰਗ ਚੋਕੇ ਤਸੱਲੀ ਕਰ ਸਕਦਾ ਅਤੇ ਨੰਬਰ ਬੋਲ ਦਈਏ ਰਵੀ 82-47-52-150 ਠੀਕ ਹੈ ਜੀ ਹਾਂਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ 4 ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ